ਅੱਗੇ ਕਰਤਾਰਪੁਰ ਸਾਹਿਬ ਜਾਣ ਦੀ ਪਲੈਨਿੰਗ ਵੀ ਹੈਗੀ ਆ? ਹਾਂਜੀ ਹੈਗੀ ਆ ਜੀ, ਉਹ ਪਾਸਪੋਰਟ ਹੁਣ ਨੂੰ ਕਰਾਵਾਂਗੇ ਤੇ ਦਰਸ਼ਨ ਕਰਕੇ ਆਵਾਂਗੇ। ਬਹੁਤ ਜ਼ਿਆਦਾ ਖੁਸ਼ੀ ਹੈ, ਬਹੁਤ ਜ਼ਿਆਦਾ ਖੁਸ਼ੀ ਆ ਕਿ ਸਾਨੂੰ ਗੁਰੂ ਜੀ ਮਿਲ ਪਿਆ। ਇਸ ਲਾਂਘਾ ਖੁੱਦਣ ਵਾਸਤੇ ਤੁਸੀਂ ਹੋਰ ਕਿਹਦਾ ਧੰਨਵਾਦ ਕਰਨਾ ਚਾਹੁੰਦੇ ਹੋ? ਮੇਨ ਸਾਰਿਆਂ ਦਾ ਹੀ ਕਰਦੇ ਆ, ਸਭ ਦਾ ਹੀ ਕਰਦੇ ਆ, ਸਾਰੀ ਸਰਕਾਰਾਂ ਦਾ ਕਰਦੇ ਆ। ਰਜਿਸਟ੍ਰੇਸ਼ਨ ਦੀ ਪ੍ਰੋਬਲਮ ਸੀਗੀ, ਉਸ ਤੋਂ ਬਾਅਦ ਜਾਣ ਦੀ ਪਲੈਨਿੰਗ ਹੈਗੀ ਅੱਗੇ? ਹਾਂਜੀ ਜ਼ਰੂਰ ਜਾਵਾਂਗੇ, ਅਸੀਂ ਤਾਂ ਲੋਕਲ ਆ ਜੀ, ਅਸੀਂ ਤਾਂ ਮਤਲਬ ਚਾਅ ਚੜਿਆ ਪਿਆ। ਕਿੰਨੀ ਖੁਸ਼ੀ ਆ ਕਰਤਾਰਪੁਰ ਸਾਹਿਬ ਲਾਂਘਾ ਖੁੱਲਿਆ ਜੀ? ਬਹੁਤ ਹੀ ਜ਼ਿਆਦਾ ਖੁਸ਼ੀ ਆ, ਬਹੁਤ ਜ਼ਿਆਦਾ ਖੁਸ਼ੀ ਆ। ਇੱਥੋਂ ਹੀ ਹੁਣ ਨਮਸਕਾਰ ਕੀਤੀ ਆ ਵੀ ਪਰਮਾਤਮਾ ਜੇ ਕਰਮਾਂ 'ਚ ਹੋਇਆ ਸਾਨੂੰ ਸੱਦ ਸਕਦਾ। ਭਾਰਤ ਅਤੇ ਪਾਕਿਸਤਾਨ ਵੱਲੋਂ ਕੱਲ੍ਹ 9 ਨਵੰਬਰ ਨੂੰ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਿਆ ਗਿਆ, ਜਿਸ ਤੋਂ ਬਾਅਦ ਸਿੱਖ ਸੰਗਤ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਆ ਰਹੀ ਹੈ। ਵੱਡੀ ਗਿਣਤੀ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਰਤਾਰਪੁਰ ਸਾਹਿਬ ਤੋਂ ਜੋ ਸੰਗਤ ਗੁਰਦੁਆਰਾ ਸਾਹਿਬ ਦਰਸ਼ਨ ਕਰਕੇ ਆ ਰਹੀ ਹੈ। ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੀ। ਕੀ ਨਾਮ ਹੈ ਜੀ? ਮੇਜਰ ਸਿੰਘ। ਠੀਕ ਹੈ ਜੀ, ਕਰਤਾਰਪੁਰ ਸਾਹਿਬ ਜਾ ਕੇ ਆਏ ਹੋ? ਨਹੀਂ ਜੀ, ਹੁਣ ਦਰਸ਼ਨ ਕਰਕੇ ਆਏ ਤੁਸੀਂ ਤੋਂ ਹੀ। ਠੀਕ ਹੈ ਜੀ, ਹਾਂਜੀ। ਕਿੱਦਾਂ ਦਾ ਮਹਿਸੂਸ ਹੋਇਆ ਜਿਹੜਾ ਲਾਂਘਾ ਖੋਲ੍ਹਿਆ ਗਿਆ? ਬਹੁਤ ਸੋਹਣਾ ਹੋਇਆ ਜੀ ਮਹਿਸੂਸ, ਉੱਧਰੋਂ ਸਿੰਘ ਆਏ ਆ ਅਤੇ ਬਹੁਤ ਸੋਹਣਾ ਲੱਗਾ ਵਾ। ਬੜੀ ਮਹਾਰਾਜ ਦੀ ਮਿਹਰ ਹੋਈ ਗੁਰੂ ਨਾਨਕ ਸਾਹਿਬ ਦੀ। ਅਤੇ ਅੱਗੇ ਕਰਤਾਰਪੁਰ ਸਾਹਿਬ ਜਾਣ ਦੀ ਪਲੈਨਿੰਗ ਵੀ ਹੈਗੀ ਆ? ਹਾਂਜੀ ਹੈਗੀ ਆ ਜੀ, ਉਹ ਪਾਸਪੋਰਟ ਹੁਣ ਨੂੰ ਕਰਾਵਾਂਗੇ ਅਤੇ ਦਰਸ਼ਨ ਕਰਕੇ ਆਵਾਂਗੇ ਜੀ। ਕੁਝ ਮਾਤਾਵਾਂ ਬੀਬੀਆਂ ਵੀ ਸਾਡੇ ਨਾਲ ਮੌਜੂਦ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਮਨਜੀਤ ਕੌਰ। ਕਰਤਾਰਪੁਰ ਸਾਹਿਬ ਜਾ ਕੇ ਆਏ ਹੋ? ਹਾਂਜੀ। ਠੀਕ ਹੈ, ਪਹਿਲੀ ਵਾਰ ਗਏ ਸੀ ਜੀ? ਹਾਂਜੀ ਪਹਿਲੀ ਵਾਰ ਗਏ ਸੀ। ਕਿੱਦਾਂ ਦਾ ਮਹਿਸੂਸ ਹੋਇਆ? ਬਹੁਤ ਵਧੀਆ ਮਹਿਸੂਸ। ਠੀਕ ਹੈ ਜੀ। ਅਤੇ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਇੱਦਾਂ ਹੀ ਕਹਿਣਾ ਚਾਹੁੰਦੇ ਹਾਂ ਵੀ ਲਾਂਘਾ ਸਾਨੂੰ ਅੱਗੇ ਤੋਂ ਜਾਣ ਦੇ, ਨਨਕਾਣਾ ਸਾਹਿਬ ਮੱਥਾ ਟੇਕੀਏ ਸੀ। ਹਾਂਜੀ। ਪਰਿਵਾਰ ਸਮੇਤ ਗਏ ਸੀ? ਨਹੀਂ ਜੀ, ਅਸੀਂ ਸੰਗਤ ਆਈ ਸੀ ਪਿੰਡ, ਉਹਨਾਂ ਨਾਲ ਗਏ ਸੀ। ਠੀਕ ਹੈ ਜੀ। ਹਾਂਜੀ ਹਾਂਜੀ। ਮਾਤਾ ਜੀ ਤੁਹਾਡਾ ਨਾਮ ਜੀ? ਦਵਿੰਦਰ ਕੌਰ। ਠੀਕ ਹੈ ਜੀ, ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਆ ਰਹੇ ਹੋ? ਹਾਂਜੀ, ਨਹੀਂ ਉਰੇ ਕੀਤੀ, ਅਸੀਂ ਗਾਹ ਨਹੀਂ ਗਏ। ਅਤੇ ਜਿਹੜਾ ਭਾਰਤ ਅਤੇ ਪਾਕਿਸਤਾਨ ਦੋਵੇਂ ਸਰਕਾਰਾਂ ਵੱਲੋਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਿਆ ਗਿਆ, ਕਿੰਨੀ ਖੁਸ਼ੀ ਹੈ ਤੁਹਾਨੂੰ? ਬਹੁਤ ਜ਼ਿਆਦਾ ਖੁਸ਼ੀ ਹੈ, ਬਹੁਤ ਜ਼ਿਆਦਾ ਖੁਸ਼ੀ ਆ ਕਿ ਸਾਨੂੰ ਗੁਰੂ ਜੀ ਮਿਲ ਪਏ ਆ, ਦਰਸ਼ਨ ਹੋ ਗਏ ਆ, ਅਤੇ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ। ਅਤੇ ਹਾਂਜੀ, ਇਸ ਲਾਂਘਾ ਖੁੱਦਣ ਵਾਸਤੇ ਤੁਸੀਂ ਹੋਰ ਕਿਹਦਾ ਧੰਨਵਾਦ ਕਰਨਾ ਚਾਹੁੰਦੇ ਹੋ? ਮੇਨ ਸਾਰਿਆਂ ਦਾ ਹੀ ਕਰਦੇ ਆ, ਸਭ ਦਾ ਹੀ ਕਰਦੇ ਆ, ਸਾਰੀ ਸਰਕਾਰਾਂ ਦਾ ਕਰਦੇ ਆ, ਕਿਉਂ ਸਾਰੇ ਸਰਕਾਰ ਬਹੁਤ ਸੋਹਣਾ ਸੋਚਿਆ ਤਾਂ ਚਲੋ ਸਾਡਾ ਅੱਗੇ ਵੀ ਇਸ ਤਰ੍ਹਾਂ ਪਿਆਰ ਵੱਧਦਾ ਰਹੇ। ਠੀਕ ਹੈ ਜੀ। ਕੁਝ ਹੋਰ ਸੰਗਤਾਂ ਵੀ, ਸਿੱਖ ਸੰਗਤਾਂ ਵੀ ਆ ਰਹੀਆਂ ਨੇ ਦਰਸ਼ਨ ਕਰਕੇ, ਅਸੀਂ ਗੱਲਬਾਤ ਕਰਦੇ ਹਾਂ। ਕੀ ਨਾਮ ਹੈ ਭਾਈ ਸਾਹਿਬ? ਪ੍ਰਭਜੀਤ ਸਿੰਘ। ਠੀਕ ਹੈ ਜੀ। ਕਰਤਾਰਪੁਰ ਸਾਹਿਬ ਜਾ ਕੇ ਆਏ ਹੋ? ਨਹੀਂ ਸਰ, ਇੱਥੋਂ ਹੀ ਦਰਸ਼ਨ ਕਰਕੇ ਆਏ ਹੋ। ਠੀਕ ਹੈ, ਅੱਗੇ ਬਾਅਦ ਹੋਏਗਾ। ਠੀਕ ਹੈ ਜੀ, ਰਜਿਸਟ੍ਰੇਸ਼ਨ ਦੀ ਪ੍ਰੋਬਲਮ ਸੀਗੀ, ਉਸ ਤੋਂ ਬਾਅਦ ਜਾਣ ਦੀ ਪਲੈਨਿੰਗ ਹੈਗੀ ਅੱਗੇ? ਹਾਂਜੀ ਜ਼ਰੂਰ ਜਾਵਾਂਗੇ, ਅਸੀਂ ਤਾਂ ਲੋਕਲ ਆ ਜੀ, ਅਸੀਂ ਤਾਂ ਮਤਲਬ ਚਾਅ ਚੜਿਆ ਪਿਆ ਜਾਣਾ ਕਿਉਂ। ਅਤੇ ਇਹ ਲਾਂਘਾ ਖੁੱਲ੍ਹਣ ਦਾ ਭਾਵੇਂ ਕ੍ਰੈਡਿਟ ਕਹਿ ਲਈਏ, ਬੇਸ਼ੱਕ ਭਾਰਤ ਅਤੇ ਪਾਕਿਸਤਾਨ ਦੋਵੇਂ ਸਰਕਾਰਾਂ ਵੱਲੋਂ ਜਿਹੜੀ ਰਜ਼ਾਮੰਦ ਤੋਂ ਬਾਅਦ ਲਾਂਘਾ ਖੁੱਲ੍ਹਿਆ ਗਿਆ, ਪਰ ਤੁਸੀਂ ਮੇਨ ਕ੍ਰੈਡਿਟ ਕਿਹਨੂੰ ਦੇਣਾ ਚਾਹੁੰਦੇ ਹੋ ਇਹਦਾ? ਵੇਖੋ ਜੀ, ਅਸੀਂ ਤਾਂ ਮਤਲਬ ਲੋਕਲ ਬਛਿੰਦੇ ਆਪਾਂ ਇੱਥੋਂ ਦੇ, ਸਾਨੂੰ ਪਤਾ ਸਾਰਾ ਕੀ ਸਿਸਟਮ ਹੈ ਇੱਥੇ। ਪਹਿਲੇ ਤਾਂ ਅਰਦਾਸ ਦੀ ਸਭ ਤੋਂ ਵੱਡੀ ਬਰਕਤ ਆ, ਠੀਕ ਹੈ। ਗੁਰੂ ਨਾਨਕ ਸਾਹਿਬ ਨੇ ਅਰਦਾਸ ਸੁਣੀ, ਮਤਲਬ ਇੰਨੇ ਚਿਰ ਤੋਂ ਕਰਦੇ ਪਏ ਆ। ਦੂਜੇ ਕੁਲਦੀਪ ਸਿੰਘ ਵਡਾਲਾ, ਉਹ ਵੀ ਆਉਂਦੇ ਰਹੇ ਇੱਥੇ, ਸਾਨੂੰ ਇਹ ਮੱਛਰ ਤਾਂ ਅਸੀਂ ਨਾਲ ਖੁਦ ਨਹੀਂ ਹੁੰਦੇ ਨੇ, ਕਹਿੰਦੇ ਯਾਰ ਕਿੱਥੇ ਖੁੱਲ੍ਹ ਜਾਣ ਲਾਂਘਾ, ਦੂਸਰੇ ਦੇਸ਼ ਦੇ, ਇਹ ਪੋਸੀਬਲ ਨਹੀਂ ਹੈਗਾ, ਹੈ ਨਾ। ਪਰ ਮਤਲਬ ਉਹਨਾਂ ਦੀ ਅਰਦਾਸ, ਦੂਜਾ ਸਿੱਧੂ ਦਾ ਅਤੇ ਇਮਰਾਨ ਖਾਨ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਚੀਜ਼ 'ਚ, ਨਕਾਰਿਆ ਨਹੀਂ ਜਾ ਸਕਦਾ। ਧੰਨਵਾਦ ਇਮਰਾਨ ਖਾਨ ਦਾ, ਕਿਉਂਕਿ ਉਹਨਾਂ ਨੇ ਮਤਲਬ ਇਹ ਲਾਂਘਾ ਦਿੱਤਾ ਇਹਨਾਂ ਨੂੰ, ਕਿਉਂਕਿ ਉਹਨਾਂ ਦੀ ਟੈਰੀਟਰੀ ਦੇ ਵਿੱਚ ਹੈਗੀ ਪਲੇਸ ਜਿਹੜੀ ਹੈ ਨਾ। ਅਤੇ ਦੂਜਾ ਮੋਦੀ ਨੇ ਐਕਸੈਪਟ ਕੀਤਾ, ਚਲੋ ਇਹਨਾਂ ਨੇ ਵੀ ਕੀਤਾ, ਚਲੋ ਵਧੀਆ। ਪਰ ਹੁਣ ਹੋਰ ਥੋੜ੍ਹੀ ਸਹੂਲਤ ਚਾਹੀਦੀ ਉੱਥੇ, ਤਾਂ ਜਿਹੜਾ ਚੈੱਕ ਪੁਆਇੰਟ ਆ ਜਿੱਥੇ ਆਪਾਂ ਜਿਹੜੇ ਨਹੀਂ ਜਾ ਰਹੇ ਅੱਗੇ, 5 ਡੇਲੀ ਅੰਦਰ ਜਾਣਾ ਹੈ ਨਾ, ਅਤੇ ਜਿਹੜੇ ਨਹੀਂ ਜਾ ਪਾ ਰਹੇ ਵਿਚਾਰੇ, ਉਹਨਾਂ ਨੂੰ ਵਾਸਤੇ ਇੱਕ ਪੁਆਇੰਟ ਬਣਾਉਣਾ ਚਾਹੀਦਾ ਜਿੱਥੇ ਵਧੀਆ ਪ੍ਰੋਪਰ ਐਨ ਦਰਸ਼ਨ ਦੂਰਬੀਨ ਨਾਲ ਕਰ ਸਕਣ।
ਤੇ ਮਤਲਬ ਕਿਸੇ ਨੂੰ ਪਰੇਸ਼ਾਨੀ ਨਾ ਕਿ ਕਿੰਨੀ ਦੂਰ ਤੋਂ ਦੁਨੀਆ ਆ ਰਹੀ, ਮੈਂ ਦੇਖ ਰਿਹਾ। ਤੁਹਾਨੂੰ ਹੋਰ ਕੀ ਸਮੱਸਿਆ ਆਈ ਹੈ ਜਦੋਂ ਤੁਸੀਂ ਇੱਥੇ ਕਹੇ ਹੋ ਵੀ ਇੱਥੇ ਕੋਰੀਆ ਇੱਥੇ ਤੱਕ ਜਾ ਕੇ ਆਏ ਹੋ? ਪਾਰਕਿੰਗ ਇੱਥੇ ਬਹੁਤ ਵੱਡੀ ਚਾਹੀਦੀ ਹੈ, ਕਿਤੇ ਗੱਡੀਆਂ ਪਿੱਛੇ ਲੱਗੀਆਂ, ਲੋਕਾਂ ਦੀ ਕਿੰਨੇ ਵਿਚਾਰੇ ਪਰੇਸ਼ਾਨ ਹੋ ਗਿਆ ਹੁੰਦੇ ਆ ਤੁਰ ਕੇ, ਚਾਹੇ ਫਿਰ ਉੱਥੇ ਈ ਰਿਕਸ਼ਾ ਵਗੈਰਾ ਕੋਈ ਇਹ ਪ੍ਰਬੰਧ ਕਰੋ ਜਿਹੜਾ ਪ੍ਰੋਪਰ ਮਤਲਬ ਬਜ਼ੁਰਗ ਆ ਉਹ ਲੈ ਕੇ ਜਾ ਸਕਦੇ ਆ। ਉੱਥੇ ਕਈਆਂ ਨੂੰ ਤਾਂ ਇਹ ਲੱਗਦਾ ਪਿਆ ਸਿੱਧੇ ਆਪਾਂ ਜਾ ਕਰਤਾਰਪੁਰ ਹੀ ਜਾ ਰਹੇ ਹਾਂ ਨਾ, ਅਤੇ ਉੱਥੇ ਜਾ ਕੇ ਫਿਰ ਵਾਪਸ ਆਉਣਾ, ਪਰ ਉਹ ਚਲੋ ਉਹਦੀ ਗਾਈਡੈਂਸ ਪ੍ਰੋਪਰ ਹੋਣੀ ਚਾਹੀਦੀ ਹੈ, ਇੱਥੇ ਮਤਲਬ ਪਿੱਛੇ ਹੋਣੀ ਚਾਹੀਦੀ ਹੈ। ਅਤੇ ਉੱਥੇ ਪਾਰਕਿੰਗ ਦੇ ਅੰਦਰ ਆਪਾਂ ਜਾ ਨਹੀਂ ਸਕਦੇ ਯਾਰ, ਉਹ ਬਣਾਇਆ ਨਾ ਟਰਮੀਨਲ ਵਗੈਰਾ, ਉਹ ਤਾਂ ਜਿਹੜੇ ਜਾਣਾ ਪਾਕਿਸਤਾਨ ਜਾ ਰਹੇ ਉਹੀ ਮਤਲਬ ਉਹਨਾਂ ਵਾਸਤੇ ਆ, ਅਤੇ ਉੱਥੇ ਪਾਰਕਿੰਗ ਚਾਹੀਦੀ ਹੈ ਲਾਗੇ, ਨਹੀਂ ਤਾਂ ਪਿੱਛੇ ਪਾਰਕਿੰਗ ਜਿੱਥੇ ਪ੍ਰੋਪਰ ਇੱਕ ਜਗ੍ਹਾ ਬਣਾਉਣ, ਰੋਡ ਦੇ ਉੱਪਰ ਗੱਡੀ ਕਿਤੇ ਕੋਈ ਕਿਤੇ ਲਾ ਦਿੰਦਾ ਕੋਈ ਕਿਤੇ, ਅਤੇ ਤੁਰ ਪੈਦਲ ਆ ਰਿਹਾ, ਉਹਨਾਂ ਵਾਸਤੇ ਪ੍ਰੋਬਲਮ ਆਏ। ਉੱਥੇ ਕੋਈ ਮਤਲਬ ਟਰਾਂਸਪੋਰਟ ਦਾ ਕੋਈ ਸਿਸਟਮ ਹੋਣਾ ਚਾਹੀਦਾ ਬਜ਼ੁਰਗ ਜਾਂ ਦੂਜਾ ਉਸ ਤੱਕ ਪਹੁੰਚ ਸਕਣ। ਸਿੱਖ ਸੰਗਤ ਦਾ ਕਹਿਣਾ ਕਿ ਉਹਨਾਂ ਨੂੰ ਕੁਝ ਸਮੱਸਿਆਵਾਂ ਵੀ ਸਾਹਮਣੇ ਆ ਰਹੀਆਂ ਨੇ ਕਿ ਪਾਰਕਿੰਗ ਦੀ ਸਮੱਸਿਆ ਤੋਂ ਇਲਾਵਾ ਹੋਰ ਕਈ ਸਮੱਸਿਆਵਾਂ ਦਾ ਇਹਨਾਂ ਨੇ ਜ਼ਿਕਰ ਕੀਤਾ, ਅਤੇ ਹੋਰ ਸਿੱਖ ਸੰਗਤ ਵੀ ਸਾਡੇ ਨਾਲ ਮੌਜੂਦ ਹੈ। ਮਾਤਾ ਜੀ ਕੀ ਨਾਮ ਹੈ ਜੀ? ਗੁਰਮੇਲ ਕੌਰ। ਠੀਕ ਹੈ ਜੀ, ਕਰਤਾਰਪੁਰ ਸਾਹਿਬ ਜਾ ਕੇ ਆਏ ਹੋ? ਨਹੀਂ ਬਟ ਜਾ ਨਹੀਂ ਹੋਇਆ। ਠੀਕ ਹੈ ਜੀ, ਕਿੰਨੀ ਖੁਸ਼ੀ ਹੈ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਿਆ ਜੀ? ਬਹੁਤ ਹੀ ਜ਼ਿਆਦਾ ਖੁਸ਼ੀ ਆ, ਬਹੁਤ ਜ਼ਿਆਦਾ ਖੁਸ਼ੀ ਆ। ਇੱਥੋਂ ਹੀ ਹੁਣ ਨਮਸਕਾਰ ਕੀਤੀ ਆ ਵੀ ਪਰਮਾਤਮਾ ਜੇ ਕਰਮਾਂ 'ਚ ਹੋਇਆ ਸਾਨੂੰ ਸੱਦ ਸਕਦਾ, ਨਹੀਂ ਇੰਨਾ ਹੀ ਸਾਨੂੰ ਬਹੁਤ ਕਾਫੀ ਆ। ਜਿਹੜਾ ਲਾਂਘਾ ਖੁੱਲ੍ਹਿਆ ਬਹੁਤ ਜ਼ਿਆਦਾ ਖੁਸ਼ੀ ਆ। ਤੁਹਾਡਾ ਨਾਮ ਕੀ ਹੈ ਜੀ? ਨਿਰਮਲ ਸਿੰਘ ਜੀ। ਠੀਕ ਹੈ ਜੀ, ਜਿਹੜਾ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਿਆ ਗਿਆ, ਕਿੰਨੀ ਖੁਸ਼ੀ ਮਹਿਸੂਸ ਕਰਦੇ ਹੋ ਇੱਥੇ? ਅਸੀਂ ਬਹੁਤ ਵਡਭਾਗੀ ਹਾਂ ਜੀ, ਜੋ ਸਾਡਾ ਬੜੇ ਭਾਗ ਆ ਚੰਗੇ ਆ ਜੀ, ਜਿਹਨਾਂ ਕਰਕੇ ਅਸੀਂ ਇੰਨੇ ਵਧਾਈ ਦੇ ਪਾਤਰ ਹਾਂ ਸਮੂਹ ਸਾਧ ਸੰਗਤ ਦਾ ਜੀ, ਅਤੇ ਜਿਨ੍ਹਾਂ ਨੇ ਰਾਹ ਖੋਲ੍ਹ ਕੇ ਅਤੇ ਇੱਕ ਸਾਡਾ ਏਰੀਆ ਬੈਕਵਰਡ ਜਿਨ੍ਹਾਂ ਨੂੰ ਇੱਕ ਅੱਜ ਨਾਮ ਰੋਸ਼ਨ ਹੋਇਆ ਅਤੇ ਗੁਰੂ ਨਾਨਕ ਪਾਤਸ਼ਾਹ ਦੇ ਕਰਤਾਰਪੁਰ ਸਾਹਿਬ ਵਿਖੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਸਾਨੂੰ। ਕਰਤਾਰਪੁਰ ਸਾਹਿਬ ਤੋਂ ਆ ਰਹੇ ਹੋ ਤੁਸੀਂ? ਨਹੀਂ ਜੀ, ਅਸੀਂ ਜਾਣ ਦੀ ਤਿਆਰੀ ਕਰ ਰਹੇ ਹਾਂ ਜੀ, ਨਹੀਂ ਸਾਡਾ ਨੰਬਰ ਨਹੀਂ ਆਇਆ ਜੀ। ਹਾਂਜੀ, ਅਸੀਂ ਬਸ ਤਿਆਰੀ ਆ ਸਾਡੀ, ਲੇਕਿਨ ਅਜੇ ਤੱਕ ਔਨਲਾਈਨ ਤੇ ਸਾਡੀ ਅਜੇ ਲੇਟ ਹੈ ਜੀ। ਠੀਕ ਹੈ ਜੀ। ਇਹ ਸਨ ਕੁਝ ਸਿੱਖ ਸੰਗਤਾਂ ਜੋ ਕਿ ਜਿਨ੍ਹਾਂ ਦਾ ਕਹਿਣਾ ਕਿ ਉਹ ਕਰਤਾਰਪੁਰ ਸਾਹਿਬ ਨਹੀਂ ਜਾ ਕੇ, ਹਾਲਾਂਕਿ ਜਿਹੜਾ ਸਾਹਮਣੇ ਕੋਰੀਡੋਰ ਬਣਾਇਆ ਗਿਆ ਉਹ ਇੱਥੇ ਤੱਕ ਹੀ ਮਤਲਬ ਦਰਸ਼ਨ ਕਰਕੇ ਆਏ ਨੇ, ਅਤੇ ਕੁਝ ਸਿੱਖ ਸੰਗਤਾਂ ਦਾ ਕਹਿਣਾ ਕਿ ਉਹਨਾਂ ਨੂੰ ਕੁਝ ਕੁ ਸਮੱਸਿਆ ਵੀ ਸਾਹਮਣੇ ਆ ਰਹੀਆਂ ਨੇ, ਜਿਸ ਤਰ੍ਹਾਂ ਕਿ ਪਾਰਕਿੰਗ ਦੀ ਜਿਹੜੀ ਮੇਨ ਸਮੱਸਿਆ ਹੈ ਕਿ ਉਹਨਾਂ ਨੂੰ ਕਾਫੀ ਲੰਬਾ ਪੈਂਡਾ ਜਿਹੜਾ ਪੈਦਲ ਤੈਅ ਕਰਨਾ ਪੈਂਦਾ ਹੈ। ਵੀਡੀਓ ਜਰਨਲਿਸਟ ਦਿਲਪ੍ਰੀਤ ਸਿੰਘ ਨਾਲ ਗੁਰਪ੍ਰੀਤ ਚੱਠਾ ਦਾ ਖਾਲਸ ਟੀਵੀ, ਡੇਰਾ ਬਾਬਾ ਨਾਨਕ।